ਇਹ ਨਮਾਜ਼ ਦੇ ਨਾਲ ਵੈਸੀ ਕਮਿਟਮੈਂਟ ਹੈ ਕਿ ਜਦੋਂ ਵੀ ਨਮਾਜ਼ ਮੈਨੂੰ ਸੱਦੇ ਮੈਂ ਹਾਜ਼ਰ ਹੋਣਾ ਹੈ ਮੇਰਾ ਵੀ ਪੂਰੀ ਦਿਹਾੜੀ ਖਾ ਗਿਆ ਤੇ ਜਿਹੜਾ ਡਿਫੈਂਸ ਕਰਦਾਰ ਹੈ ਜੋ ਪਿੱਛੇ ਹੋ ਚੁੱਕਿਆ ਹੈ ਪਹਿਲੋਂ ਤੇ ਇਸ ਗੱਲ ਨੂੰ ਅਸੀਂ ਜ਼ਿਹਨ 'ਚ ਰੱਖੀਏ ਕਿ ਦਫਾ ਸਿਰਫ ਫੌਜਾਂ ਦਾ ਕੰਮ ਨਹੀਂ ਔਰ ਸਰਹੱਦਾਂ ਦੇ ਦਫਾ ਨਹੀਂ ਹੈਗਾ ਤੁਸੀਂ ਅਗਰ ਉਹ ਜੰਗਾਂ ਦਾ ਦਿਨ ਵੀ ਕੱਢ ਲਓ ਤੇ ਉਹਦੇ ਵਿੱਚ ਵੀ ਦਫਾ ਜਿਹੜਾ ਨਰਸਸ ਜਿਹੜੇ ਡਾਕਟਰਸ ਹਸਪੀਟਲ ਦੇ ਵਿੱਚ ਕਰ ਰਹੇ ਸਨ ਉਹ ਵੀ ਇੱਕ ਦਫਾ ਦੀ ਸ਼ਕਲ ਹੈ ਔਰ ਅੱਜ ਵੀ ਤੁਹਾਨੂੰ ਮੋਸਟਲੀ ਜਿਹੜੇ ਕ੍ਰਿਸਚਨ ਮਿਲਣਗੇ ਉਹ ਸਿਆਲਕੋਟ ਤੋਂ ਉੱਠ ਕੇ ਆਏ ਨੇ ਪੂਰੇ ਪੰਜਾਬ 'ਚ ਔਰ ਅੱਜ ਵੀ ਸਿਆਲਕੋਟ ਤੇ ਮਹਾਜ਼ ਦੇ ਚੁੰਡੇ ਤੇ ਸਾਡੇ ਵੱਡਿਆਂ ਬਜ਼ੁਰਗਾਂ ਦੀਆਂ ਕਬਰਾਂ ਇੰਡੀਆ ਦੀਆਂ ਫੌਜਾਂ ਦੇ ਲਈ ਸਭ ਤੋਂ ਵੱਡੀ ਰੁਕਾਵਟ ਨੇ ਦਫਾ ਜਿਵੇਂ ਇੱਥੇ ਬੜੀ ਅੱਛੀਆਂ ਗੱਲਾਂ ਯਾਸਰ ਤਾਲਬ ਨੇ ਅਕਸਰ ਨੇ ਕੀਤੀਆਂ ਕਿ ਸਾਨੂੰ ਆਪਣਾ ਕਿਰਦਾਰ ਵੀ ਵੇਖਣਾ ਪਏਗਾ ਮੀਆਂ ਫਰਕ ਹਬੀਬ ਸਾਹਿਬ ਜਿੱਥੇ ਵੀ ਕਿਸੇ ਕਮਿਊਨਿਟੀ ਜਾਂਦੇ ਨੇ ਸਾਨੂੰ ਯਾਦ ਕਰਾਉਂਦੇ ਨੇ ਕਿ ਪਾਕਿਸਤਾਨ ਦੇ ਝੰਡੇ ਦੇ ਵਿੱਚ ਸਫੇਦ ਰੰਗ ਜਿਹੜਾ ਉਹ ਨੁਮਾਇੰਦਗੀ ਕਰਦਾ ਹੈ ਪਾਕਿਸਤਾਨ 'ਚ ਅਕਲੀਤਾਂ ਦੀ ਤੇ ਮੈਂ ਅੱਜ ਇਸ ਰੋਸ਼ਨੀ ਦੀਆਂ ਕਿਰਨਾਂ ਇਹ ਪੜ੍ਹੇ ਲਿਖੇ ਸਟੂਡੈਂਟਸ ਇਹ ਬੱਚੇ ਜਿਹੜੇ ਸਰਵ ਕਰ ਰਹੇ ਨੇ ਪਾਕਿਸਤਾਨ ਨੂੰ ਮੈਂ ਇਹਨਾਂ ਨੂੰ